ਪਰਮ ਸਤਿਕਾਰਯੋਗ ਗੁਰੂ ਦੀ ਪਵਿੱਤਰ ਨਗਰੀ ਉੱਤੇ ਬੈਠੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ, ਆਪ ਗੁਰੂ ਸ਼ਬਦ ਦਾ, ਵਿਦਵਾਨ ਸੱਜਣਾ ਦਾ, ਕਥਾ ਦਾ ਆਨੰਦ ਮਾਣ ਰਹੇ ਸੋ, ਮੇਰੇ ਤੋਂ ਪਹਿਲਾਂ ਤੁਸੀਂ ਸਭ ਬੁੱਧੀਜੀਵ ਸੱਜਣਿਓ, ਉਸ ਇੱਕ ਮਹਾਨ ਹਸਤੀ ਨੂੰ ਤੁਸੀਂ ਸੁਣਿਆ, ਸਤਿਕਾਰਯੋਗ ਗਿਆਨੀ ਬਿੰਦਰਪਾਲ ਸਿੰਘ ਜੀ। ਉਹਨਾਂ ਤੋਂ ਬਾਅਦ ਮੇਰਾ ਬੋਲਣਾ, ਮੈਂ ਦੂਜੀ ਤੀਜੀ ਚੋਂ ਫੇਲ ਅਨਪੜ੍ਹ ਬੰਦਾ, ਗੱਲ ਤੇ ਉਹ ਬਣੀ, ਉਹ ਸੂਰਜ ਲੱਗਾ ਸੀ ਛਿਪਣ ਤੇ ਟਟਹਿਣਾ ਚਲਾ ਗਿਆ। ਉਹ ਸੂਰਜਾਂ ਦਾ ਉਹ ਤੂੰ ਕੀ ਕਰੇਗਾ ਹੁਣ, ਇੰਨੀ ਲੈਟ ਇੰਨਾ ਚਾਨਣ ਮੈਂ ਦੇ ਦਿੱਤਾ ਲੋਕਾਂ ਨੂੰ ਤੇ ਤੂੰ ਹੁਣ ਕੀ ਕਰਨਾ ਹੈ। ਉਹ ਟਟਹਿਣਾ ਦਾ ਮੈਨੂੰ ਇਹ ਪਤਾ ਹੈ ਵੀ ਤੂੰ ਚੱਲਿਆ ਤੇ ਤੂੰ 10-12 ਘੰਟੇ ਆਉਣਾ ਨਹੀਂ, ਤੇ ਜਿੰਨਾ ਚਿਰ ਤੂੰ ਨਾ ਆਇਆ ਉਹਨਾਂ ਚਿਰ ਮੈਂ ਥੋੜਾ ਬਹੁਤਾ ਤੇ ਚਾਨਣ ਕਰਦਾ ਰਹਾਂਗਾ ਨਾ। ਜਦੋਂ ਤੂੰ ਆਏਗਾ ਮੈਂ ਫਿਰ। ਗਿਆਨੀ ਬਿੰਦਰਪਾਲ ਸਿੰਘ ਜੀ ਹੁਣਾਂ ਨੇ ਜੋ ਕਥਾ ਦਾ ਆਨੰਦ ਤੁਹਾਨੂੰ ਨਿਹਾਲ ਕੀਤਾ, ਉਹ ਵਾਹਿਗੁਰੂ ਦਾ ਜਦੋਂ ਜਾਪ ਕਰਨ ਲੱਗੇ ਤੇ ਮੇਰਾ ਧਿਆਨ ਘੜੀ ਤੇ ਸੀ, ਮੈਂ ਘੜੀ ਵੇਖ ਰਿਹਾ ਸਾਂ। ਸਾਇੰਸ ਨੇ ਵਾਹਿਗੁਰੂ ਦੇ ਉੱਤੇ ਬੜੀ ਖੋਜ ਕੀਤੀ ਹੈ ਭਈ ਗੁਰੂ ਨਾਨਕ ਨੇ ਜਿਹੜਾ ਸਿੱਖਾਂ ਨੂੰ ਵਾਹਿਗੁਰੂ ਸ਼ਬਦ ਜਪਾਇਆ ਹੈ ਜਾਂ ਸੰਤ ਜਪਾਉਂਦੇ, ਇਹਦਾ ਅਸਲ ਕਾਰਨ ਕੀ ਹੈ, ਇਹਦਾ ਲਾਭ ਕੀ ਹੈ। ਮੈਂ ਹੁਣ ਇਹਦਾ ਲਾਭ ਇੱਕ ਮਿੰਟ ਵਿੱਚ ਤੁਹਾਨੂੰ ਦੱਸਣਾ ਵੀ ਲਾਭ ਕਿੰਨਾ ਹੋਇਆ ਜਾਂ ਨਹੀਂ ਹੋਇਆ। ਧਿਆਨ ਕਰਨਾ ਜ਼ਰਾ ਤੁਸਾਂ, ਵਾਹਿਗੁਰੂ ਸ਼ਬਦ ਜਪਣ ਲੱਗਿਆਂ ਘੜੀ ਵਿੱਚ ਵੀ ਧਿਆਨ ਰੱਖਣਾ ਹੈ। ਜਦੋਂ ਵਾਹਿਗੁਰੂ ਸ਼ਬਦ ਦਾ ਜਾਪ ਕਰੋਗੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਹਾਜ਼ਰ ਨੇ, ਇੱਕ ਮਿੰਟ ਵਿੱਚ ਘੜੀ ਤੇ ਵੇਖ ਲਿਆ ਜੇ, ਨੋਟ ਕਰ ਲਿਆ ਜੇ ਮੇਰੀ ਗੱਲ, ਤੁਹਾਨੂੰ ਇੱਕ ਮਿੰਟ ਵਿੱਚ 7 ਸਵਾਸ ਆਉਣਗੇ, 7 ਸਵਾਸ ਇੱਕ ਮਿੰਟ ਵਿੱਚ ਜਦੋਂ ਤੁਸੀਂ ਵਾਹਿਗੁਰੂ ਦਾ ਜਾਪ ਕਰੋਗੇ। ਜਾਪ ਕਰਨੋਂ ਜਦੋਂ ਹਟ ਗਏ ਤੇ ਘੜੀ ਵੇਖ ਲਿਆ ਜੇ ਮੇਰਾ ਤਜਰਬਾ ਹੈ, ਵਾਹਿਗੁਰੂ ਜਾਪ ਕਰਨ ਤੋਂ ਹਟਣ ਸਾਰ ਤੁਹਾਡੇ ਸਵਾਸ 15-16 ਹੋ ਜਾਣਗੇ ਇੱਕ ਮਿੰਟ ਵਿੱਚ, ਸਵਾਸਾਂ ਦੀ ਗਿਣਤੀ ਵੱਧ ਜਾਏਗੀ। ਉਮਰ ਸਵਾਸਾਂ ਨਾਲ ਮਿਲੀ ਹੈ, ਮਹੀਨਿਆਂ ਤੇ ਸਾਲਾਂ ਨਾਲ ਨਹੀਂ ਮਿਲੀ। ਇੱਕ ਇੱਕ ਸਵਾਸ ਤੇਰਾ ਅਮੋਲਕ ਜਾਂਦਾ, ਹੱਥ ਨਹੀਂ ਆਉਂਦਾ ਲੱਖੀ। ਜਿਹੜਾ ਮਹਾਂਪੁਰਖ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਅੰਮ੍ਰਿਤ ਵੇਲੇ, ਅੰਮ੍ਰਿਤ ਵੇਲਾ 2 ਵਜੇ ਤੋਂ ਸ਼ੁਰੂ ਹੁੰਦਾ ਹੈ। ਜਿਹੜਾ ਆਦਮੀ 2 ਵਜੇ ਤੋਂ ਬਾਅਦ ਸੌਂਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਫਰਮਾਨ ਹੈ, ਮੇਰੀ ਬਣਾਈ ਗੱਲ ਨਹੀਂ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਸੌਣ ਦਾ ਵੇਲਾ ਲੰਘ ਗਿਆ ਸੱਜਣਾ, ਉੱਠ ਕੇ ਬਹਿ ਜਾ, ਜਾਗ ਕੇ ਰਹੋ। ਕਿਉਂ ਜਾਗ, ਅਗਰ ਜੇ ਤੂੰ ਸੁੱਤਾ ਰਹਿ ਗਿਆ 2 ਵਜੇ ਤੋਂ ਬਾਅਦ ਤੇ ਕੀ ਹੋਵੇਗਾ, ਤੇਰੇ ਸਵਾਸ 15 ਤੋਂ ਵੱਧ ਕੇ 25-26 ਹੋ ਜਾਣਗੇ ਇੱਕ ਮਿੰਟ ਵਿੱਚ। ਗੱਡੀ ਦੀ ਸਪੀਡ ਇੰਨੀ ਤੇਜ਼ ਹੋ ਜਾਏਗੀ, ਸਰੀਰ ਦਾ ਬੈਲੈਂਸ ਖਰਾਬ ਹੋ ਜਾਏਗਾ, ਐਕਸੀਡੈਂਟ ਹੋ ਕੇ ਤੇ ਅਟੈਕ ਹੋ ਕੇ ਸਵੇਰੇ ਸੁੱਤਾ ਹੀ ਮਿਲੇਗਾ। ਵਾਹਿਗੁਰੂ ਦਾ ਜਾਪ ਇਸ ਕਰਕੇ ਗੁਰੂ ਜੀ ਕਰਾ ਰਹੇ ਨੇ।